ਆਜੋ ਮਿਲ ਕੇ ਚਲਾਈਏ ਗੱਡੀ ਪਿਆਰ ਦੀ, ਗੱਡੀ ਪਿਆਰ ਦੀ। ਦਿੱਲੀ ਦੇ ਵਿੱਚ ਬੈਠ ਗੱਡੀ ਤੇ ਮਾਲਵੇ ਦੇ ਵਿੱਚ ਆਇਆ, ਦਿੱਲੀ ਤੋਂ ਬੈਠ ਗੱਡੀ ਤੇ ਮਾਲਵੇ ਦੇ ਵਿੱਚ ਆਇਆ। ਸਭ ਤੋਂ ਪਹਿਲਾਂ ਗੰਜੇ ਸ਼ਕਰ ਦੇ ਦਰਬਾਰ ਤੇ ਸੀਸ ਝੁਕਾਇਆ, ਗੰਜੇ ਸ਼ਕਰ ਬਾਬਾ ਫਰੀਦ ਜੀ ਦੇ ਦਰਬਾਰ ਤੇ ਸੀਸ ਝੁਕਾਇਆ। ਦੁਆ ਕਰਕੇ ਫੇਰ ਤੁਰ ਪਿਆ, ਪਿਆਰ ਦਾ ਹੋਕਾ ਲਾਇਆ, ਮੇਰੇ ਹਾਣ ਦਿਓ ਓਏ ਮੌਜਾਂ ਮਾਣ ਦਿਓ, ਮੇਰੇ ਹਾਣ ਦਿਓ ਉਹ ਮੌਜਾਂ ਮਾਣ ਦਿਓ। ਆਜੋ ਮਿਲ ਕੇ ਚਲਾਈਏ ਗੱਡੀ ਪਿਆਰ ਦੀ, ਓਏ ਗੱਡੀ ਪਿਆਰ ਦੀ। ਚੁਣਾਵ ਪ੍ਰਚਾਰ ਦੀ ਗੱਡੀ ਕਿੱਥੇ ਤੱਕ ਪਹੁੰਚੀ? ਸਤਿ ਸ਼੍ਰੀ ਅਕਾਲ, ਨਮਸਕਾਰ, ਮਾਦਾਬ। ਚੁਣਾਵ ਦੀ ਗੱਡੀ ਹੁਣ ਲੀਏ ਪੈ ਗਈ ਹੈ, ਛਕ 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 ਕਰਦੀ, ਸੋਹਣਾ ਹਾਰਨ ਵਜਾਉਂਦੀ, ਕੁੱਕ 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 ਕਰਦੀ ਚੱਲਦੀ ਜਾਂਦੀ ਹੈ, ਅਤੇ ਅਸੀਂ ਗਾਉਂਦੇ ਰਹਿੰਦੇ ਹਾਂ, ਆ ਜਾ ਮਿਲ ਕੇ ਚਲਾਈਏ ਗੱਡੀ ਪਿਆਰ ਦੀ, ਓਏ ਗੱਡੀ ਪਿਆਰ ਦੀ। ਆ ਜਾ ਮਿਲ ਕੇ ਚਲਾਈਏ ਗੱਡੀ ਪਿਆਰ ਦੀ, ਗੱਡੀ ਪਿਆਰ ਦੀ। ਦਿੱਲੀ ਤੋਂ ਗੱਡੀ ਵਿੱਚ ਆਇਆ ਮਾਲਵੇ ਦੇ ਵਿੱਚ ਯਾਰੋ, ਦਿੱਲੀ ਤੋਂ ਗੱਡੀ ਵਿੱਚ ਆਇਆ ਮਾਲਵੇ ਦੇ ਵਿੱਚ ਯਾਰੋ। ਕਿਰਪਾ ਕਰਕੇ ਰਹਿਮਤ ਹੋ ਜਾ, ਕਿਰਪਾ ਹੋ ਜਾ ਰਹਿਮਤ ਹੋ ਜਾ, ਆ ਜਾਓ ਮੇਰੇ ਪਿਆਰੋ ਮੌਜਾਂ ਮਾਣ ਦਿਓ, ਉਹ ਮੇਰੇ ਹਾਣ ਦਿਓ, ਮੌਜਾਂ ਮਾਣ ਦਿਓ ਮੇਰੇ ਹਾਣ ਦਿਓ। ਆ ਜਾਓ ਮਿਲ ਕੇ ਚਲਾਈਏ ਗੱਡੀ ਪਿਆਰ ਦੀ, ਉਹ ਗੱਡੀ ਪਿਆਰ ਦੀ। ਨਫ਼ਰਤ ਵਾਲਾ ਟੇਸ਼ਣ ਨਹੀਂ ਹੋ ਨਾ ਕੋਈ ਭੋਗੀ ਨਫ਼ਰਤ, ਨਫ਼ਰਤ ਵਾਲਾ ਟੇਸ਼ਣ ਨਹੀਂ ਹੋ ਨਾ ਕੋਈ ਭੋਗੀ ਨਫ਼ਰਤ ਵਾਲੀ, ਇਹ ਗੱਡੀ ਤਾਂ ਸਿਰਫ ਚੱਲੇਗੀ ਸਵਾਰੀਆਂ ਇਹ ਗੱਡੀ ਸਪੈਸ਼ਲੀ ਚੱਕੇਗੀ ਸਵਾਰੀਆਂ ਮੁਹੱਬਤ ਵਾਲੀ। ਮੌਜਾਂ ਮਾਣ ਦਿਓ ਓਏ ਮੌਜਾਂ ਮਾਣ ਦਿਓ ਮੇਰੇ ਹਾਣ ਦਿਓ। ਆ ਜਾਓ ਮਿਲ ਕੇ ਚਲਾਈਏ ਗੱਡੀ ਪਿਆਰ ਦੀ, ਗੱਡੀ ਪਿਆਰ ਦੀ। ਦੇਖ ਲਓ ਹੁਣੇ ਨਾਲ ਨਾਲ ਹੀ ਆਈ ਜਾ ਰਿਹਾ ਸੀ, ਇਹ ਨਵਾਂ ਪਿਆਰ ਦੀ ਗੱਡੀ ਦੀ ਗੱਲ ਕੀਤੀ ਹੈ ਜੀ। ਕਿਤੇ ਨਾ ਕਿਤੇ ਪਿਆਰ ਦੀ ਗੱਡੀ ਦੇ ਵਿੱਚ ਬ੍ਰੇਕਾਂ ਵੀ ਲੱਗ ਰਹੀਆਂ, ਅਗਰ ਪਿੰਡਾਂ ਦੇ ਵਿੱਚ ਜਾਂਦੇ ਹੋ, ਉਹ ਕਿਸਾਨ ਵੀ ਵਿਰੋਧ ਕਰ ਰਹੇ ਨੇ, ਤੁਸੀਂ ਵੀ ਹੁਣ ਕਿਸਾਨਾਂ ਦੇ ਵਿੱਚ ਉਤਰਨ ਲੱਗ ਗਏ, ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਲੇਕਿਨ ਗੱਡੀ ਦੀਆਂ ਬ੍ਰੇਕਾਂ ਕਿਤੇ ਨਾ ਕਿਤੇ ਲੱਗ ਜਾਂਦੀਆਂ ਪਿੰਡਾਂ 'ਚ। ਬ੍ਰੇਕ ਜਿੰਨੀ ਜ਼ਰੂਰੀ ਹੈ ਉਨੀ ਜ਼ਰੂਰੀ ਕੋਈ ਚੀਜ਼ ਨਹੀਂ, ਟੌਪ ਗੇਅਰ ਹੀ ਪਹਿਲੇ ਨੰਬਰ 'ਤੇ ਪੈ ਜਾਵੇ ਕੋਈ ਗੱਲ ਨਹੀਂ, ਬ੍ਰੇਕ ਵੀ ਬੜਾ ਕੁਛ। ਬ੍ਰੇਕ ਜਦੋਂ ਹੁੰਦੀ ਆ ਤੁਸੀਂ ਕਦੀ ਕਦੀ ਮਾਯੂਸ ਹੁੰਦੇ ਹਾਂ, ਕਦੀ ਕਦੀ ਉੱਥੋਂ ਭਟੂਰੇ ਵੀ ਤਾਂ ਮਿਲ ਹੀ ਜਾਂਦੇ, ਕਦੇ ਕਦੀ ਆਸ਼ੀਰਵਾਦ ਵੀ ਤਾਂ ਮਿਲ ਹੀ ਜਾਂਦਾ, ਕੋਈ ਗੱਲ ਨਹੀਂ, ਬ੍ਰੇਕ ਹਰ ਗੱਡੀ ਦੀ ਜ਼ਰੂਰੀ ਹੈ। ਕਿਸ ਤਰ੍ਹਾਂ ਦੇਖਦੇ ਹੋ ਸਰ, ਅਗਰ ਪਿੰਡਾਂ ਦੇ ਵਿੱਚ ਜਾਂਦੇ ਹੋ ਕਿਤੇ ਨਾ ਕਿਤੇ ਕਿਸਾਨ ਟੱਕਰ ਹੀ ਜਾਂਦੇ ਨੇ ਜਾਂ ਕਾਲੀਆਂ ਝੰਡੀਆਂ ਦਿਖਾਉਂਦੇ ਨੇ ਜਾਂ ਸਵਾਲ ਵੀ ਕਰਦੇ ਨੇ, ਹੁਣ ਪਿੱਛੇ ਜੇ ਵੀ ਤੁਸੀਂ ਸਵਾਲਾਂ ਦਾ ਜਵਾਬ ਵੀ ਦਿੱਤਾ, ਉਹਨਾਂ ਦੇ ਵਿੱਚ ਉਤਰੇ ਵੀ ਸੀਗੇ, ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਸਿਰੇ ਨਹੀਂ ਚੜ੍ਹਦੀ ਪਈ ਕੋਈ ਗੱਲਬਾਤ, ਕਿੱਥੇ ਕਮੀ ਰਹਿ ਜਾਂਦੀ ਹੈ? ਮੇਰੇ ਤਾਂ ਮਾਲਕ ਦੀ ਰਚਨਾ, ਮੇਰੇ ਸੋਹਣੇ ਰੱਬ ਦੇ ਸੋਹਣੇ ਬਣਾਏ ਲੋਕ, ਮੈਨੂੰ ਕਿਤੇ ਵੀ ਉਪਰੇ ਦੁਸ਼ਮਣ ਪਰਾਏ ਵਿਰੋਧੀ ਇੱਦਾਂ ਨਜ਼ਰ ਨਹੀਂ ਆਉਂਦੇ, ਮੈਂ ਕਹਿੰਦਾ ਇਹ ਮੇਰੇ ਮਾਲਕ ਦੇ ਬਣਾਏ ਬੰਦੇ ਆ। ਮੈਨੂੰ ਉਹਨਾਂ ਨੇ ਇਹੀ ਫਰਮਾਇਆ ਕਿ ਤੁਸੀਂ ਮੁਹੱਬਤ ਕਰਨੀ ਆ, ਬਸ ਇੱਕ ਸੁਨਿਮਰ ਬੇਨਤੀ ਆ ਕਿ ਥੋੜ੍ਹਾ ਤਹੱਮਲ ਮਿਜ਼ਾਜ ਨਾਲ, ਸ਼ਾਂਤੀ ਨਾਲ, ਅਗਰ ਮੈਨੂੰ ਸਵਾਲ ਪੁੱਛਣ ਤਾਂ ਮੈਂ ਜਵਾਬ ਦੇ ਦਿੰਦਾ ਹਾਂ,
ਅਜੇ ਮੇਰਾ ਜਵਾਬ ਸ਼ੁਰੂ ਹੀ ਨਹੀਂ ਹੁੰਦਾ, ਜਦੋਂ ਪਹਿਲਾਂ ਹੀ ਮੇਰੀ ਬਹੁਤ ਸਾਰਾ ਫਿਰ ਉਹ ਹੁੰਦਾ ਅਤੇ ਉਹ ਫਿਰ ਆਵਾਜ਼ ਦੱਬੀ ਜਾਂਦੀ ਹੈ। ਵੈਸੇ ਵੀ ਮੈਂ ਸੋਫਟ ਸਪੋਕਨ ਆਦਮੀ ਹਾਂ, ਸੋ ਇਸ ਕਰਕੇ ਕਿਤੇ ਪਰਿਆ 'ਚ ਬੈਠ ਕੇ 1-to-1 ਕੁਐਸਚਨ ਹੋਣ ਤਾਂ ਮੈਂ ਜਵਾਬ ਵੀ ਦੇ ਦਿੰਦਾ, ਐਸਾ ਹੋ ਨਹੀਂ ਪਾਇਆ। ਅਤੇ ਮੇਰੀ ਇਹੀ ਬੇਨਤੀ ਹੈ ਕਿ ਸੱਭਿਅਕ ਭਾਸ਼ਾ, ਸੋਹਣੀਆਂ ਗੱਲਾਂ, ਜੇ ਅੰਦੋਲਨ ਆਪਣੀ ਡਿਮਾਂਡਸ ਮਨਾਉਣ ਲਈ ਹੁੰਦਾ, ਨਾਟ ਲੜਨ ਭਿੜਨ ਲਈ, ਆਪਾਂ ਕੋਈ ਡੰਡੇ ਤਲਵਾਰਾਂ ਨਹੀਂ ਲੈ ਕੇ ਚੱਲਣਾ, ਨਾ ਉੱਧਰੋਂ ਹੋਵੇ ਜ਼ੁਲਮ ਨਾ ਇੱਧਰੋਂ ਕੋਈ ਐਸਾ ਹੋਵੇ। ਦੋਨੇ ਧਿਰਾਂ ਨੂੰ ਮੈਂ ਕਹਿੰਦਾ ਕਿ ਪਿਆਰ ਨਾਲ ਸਾਰੇ ਮਸਲੇ ਨਿਬੇੜੋ, ਮੇਰਾ ਸੋਹਣਾ ਵਤਨ ਪੰਜਾਬ ਘੁੱਗ ਵਸੇ, ਕਿਸਾਨ ਦੇ ਚਿਹਰੇ 'ਤੇ ਖੁਸ਼ੀ ਹੋਵੇ, ਖੇਤ ਮਜ਼ਦੂਰ ਨੂੰ ਵੀ ਕਿਤੇ ਚੱਜ ਦੀ ਰੱਬਾ ਰੋਟੀ ਦੇ ਦੇ, ਕਿਤੇ ਉਹਨਾਂ ਦੀ ਵੀ ਕੋਈ ਗੱਲ ਕਰ ਦੇ। ਨਾਰਿਆਂ 'ਚ ਤਾਂ ਆਉਂਦਾ ਖੇਤ ਕਿਸਾਨ ਮਜ਼ਦੂਰ, ਮਜ਼ਦੂਰ ਨੂੰ ਅੱਜ ਤਾਈਂ ਮਿਲਿਆ ਕੱਖ ਨਹੀਂ, ਸਵਾ ਭੁੱਖ ਤੋਂ, ਬਿਮਾਰੀ ਤੋਂ, ਨਿਰਾਦਰੀ ਤੋਂ। ਸੋ ਇਸ ਕਰਕੇ ਹੈ ਮੇਰੇ ਮਾਲਕਾ ਕੋਈ ਐਸੇ ਦਿਨ ਲਿਆ, ਅਤੇ ਗਾਉਂਦੇ ਤਾਂ ਸਾਰੇ ਹੀ ਆ ਕਿ ਮਗਦਾ ਰਹੀ ਉਹ ਸੂਰਜਾ ਸੰਤਰਾ ਮੁਦਾਸੀ, ਵਾਹ ਕਮਾਲ ਹਸਤੀ ਹੋਏ ਮਾਲ ਵਿੱਚ, ਪੂਰੀ ਦੁਨੀਆ 'ਚ ਮਸ਼ਹੂਰ ਹੋਏ, ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਲੇਕਿਨ ਜੇ ਮਗਣ ਲੱਗਦਾ ਤਾਂ ਉਹਨੂੰ ਮਗਣ ਦਿਓ, ਉਹਦੇ ਅੱਗੇ ਬੱਦਲਵਾਈ ਨਾ ਕਰੋ, ਉਹਨੂੰ ਧੁੰਦਲਾ ਨਾ ਕਰੋ। ਬਾਕੀ ਸੂਰਜ ਇੱਕ ਦਿਨ ਮਗੇਗਾ, ਮੇਰਾ ਖਿਆਲ ਆ, ਬੜਾ ਯਕੀਨ ਆ ਨੇਚਰ। ਤੁਸੀਂ ਇਹ ਵੀ ਗੱਲ ਕਹੀ ਸੀਗੀ ਕਿ ਅਗਰ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਵਿਚੋਲਾ ਬਣ ਕੇ ਸਰਕਾਰ ਨਾਲ ਗੱਲ ਕੀਤੀ ਹੋਗੀ। ਮੈਂ ਤਾਂ ਜਿੱਤ ਤੋਂ ਪਹਿਲਾਂ ਹੀ ਵਿਚੋਲਾ ਹਾਂ। ਮੈਂ ਤਾਂ ਰੱਬ ਅੱਗੇ ਵੀ ਅਰਦਾਸ ਕਰਦਾ, ਜਿਹੜੇ ਰੱਬ ਨੇ ਇੱਥੇ ਬੰਦੇ ਬਣਾਏ ਆ, ਕੋਈ ਮਿਨਿਸਟਰ ਆ, ਕੋਈ ਪ੍ਰਧਾਨ ਮੰਤਰੀ ਆ, ਕੋਈ ਕਿਸਾਨ ਆ, ਕੋਈ ਮਜ਼ਦੂਰ ਆ, ਸਾਰਿਆਂ ਦੇ ਵਿੱਚ ਜਾ ਕੇ ਇਹੀ ਕਹਿੰਦਾ ਭਾਈ ਤੁਸੀਂ ਵੀ ਥੋੜ੍ਹਾ ਮੁਹੱਬਤ ਨਾਲ ਗੱਲ ਕਰੋ, ਉਹਨਾਂ ਨੂੰ ਕਹਿੰਦਾ ਤੁਸੀਂ ਵੀ ਜਿਹੜੀਆਂ ਜਾਇਜ਼ ਮੰਗਾਂ ਮੰਨੋ। ਕੀ ਕਹੋਗੇ ਕਿਸਾਨਾਂ ਨੂੰ ਜਿਹੜੇ ਕਿਸਾਨ ਵਿਰੋਧ ਕਰਦੇ ਨੇ ਜਾਂ ਕਾਲੀਆਂ ਝੰਡੀਆਂ ਦਿਖਾਉਂਦੇ ਨੇ? ਮੈਂ ਤਾਂ ਫਤਿਹ ਬੁਲਾਉਂਦਾ ਹਮੇਸ਼ਾ, ਫੁੱਲ ਮੇਰੇ ਕੋਲ ਹੁੰਦੇ ਆ, ਉਹੀ ਮੈਂ ਦੇ ਸਕਦਾ। ਇੱਕ ਮੁਸਕਰਾਹਟ ਹੈ ਮੇਰੀ, ਉਹ ਮੈਂ ਇਲੈਕਸ਼ਨ ਦਾ ਵਜ੍ਹਾ ਨਾਲ ਨਹੀਂ, ਜਮਾਂਦਰੂ ਹੀ ਆ ਮੇਰੀ ਚਿਹਰੇ 'ਤੇ। ਉਹ ਕਹਿੰਦੇ ਜੋ ਧਰਮ ਹੱਸਣਾ ਨਹੀਂ ਜਾਣਦਾ ਸਮਝੋ ਕੱਪ ਕਾ ਮਰ ਗਿਆ। ਮੇਰੇ ਸੋਹਣੇ ਨੇ ਕਿਹਾ ਖੁਸ਼ ਰਿਹਾ ਕਰ, ਮੇਰੇ ਗੁਰੂ ਨੇ, ਮੇਰੇ ਮੁਰਸ਼ਿਦ ਨੇ, ਮੇਰੇ ਬਾਬਾ ਜੀ ਨੇ, ਬੇਟਾ ਖੁਸ਼ ਰਿਹਾ ਕਰੋ। ਮੈਂ ਕਿਹਾ ਕਮਾਲ। ਇੱਕ ਵਾਰੀ ਅਸਾਂ ਪੁੱਛਿਆ ਕਿ ਖੁਸ਼ ਨਸੀਬ ਕੌਣ ਆ, ਕਹਿੰਦੇ ਬੇਟਾ ਜਿਹੜਾ ਆਪਣੇ ਨਸੀਬ 'ਤੇ ਖੁਸ਼ ਹੈ, ਬਦ ਨਸੀਬ ਜਿਹੜਾ ਆਪਣੇ ਨਸੀਬਾਂ ਨੂੰ ਖੁਸ਼ ਕੋਸਦਾ ਰਹੇ। ਸੋ ਮੈਂ ਖੁਸ਼ ਰਹਿੰਦਾ, ਮੈਨੂੰ ਕੋਈ ਵੀ ਪਰਾਇਆ ਨਹੀਂ ਲੱਗਦਾ, ਕੋਈ ਦੁਸ਼ਮਣ ਨਹੀਂ ਲੱਗਦਾ, ਸਭ ਆਪਣੇ ਆ। ਹੰਸਰਾਜ ਜੀ, ਬਹੁਤ ਲੋਕ ਪਿਆਰ ਕਰਦੇ ਆ ਤੁਹਾਨੂੰ, ਕਿਉਂਕਿ ਇੱਕ ਬਹੁਤ ਵੱਡਾ ਨਾਮ ਹੈ ਤੁਹਾਡਾ, ਬੜੇ ਗਾਣੇ ਦੇ ਤੁਹਾਡੇ ਪ੍ਰੇਮੀ ਨੇ, ਲੇਕਿਨ ਰਾਜਨੀਤੀ ਵਿੱਚ ਜਦੋਂ ਆਉਂਦੇ ਨੇ ਕਿਤੇ ਨਾ ਕਿਤੇ ਵਿਰੋਧ ਵੀ ਹੋਣ ਲੱਗ ਜਾਂਦਾ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਉਹ ਵਿਰੋਧ ਜਗਾਉਣ ਲਈ ਹੁੰਦਾ, ਕੋਈ ਗੱਲ ਨਹੀਂ। ਉੱਥੇ ਆਪਾਂ ਚਾਰ ਜੀ ਯਾਰ ਕਰਦੇ ਹੁੰਦੇ ਹਾਂ, ਚੌਂ ਜੀਆਂ ਦੀ ਆਪਸ ਵਿੱਚ ਨਹੀਂ ਬਣਦੀ, ਅਤੇ ਇਹਨਾਂ ਨੂੰ ਘਰਦੇ ਹੀ ਸਮਝੋ ਨਾ, ਕੋਈ ਗੱਲ ਨਹੀਂ। ਵੀ ਆਰ ਲਾਈਕ ਫੈਮਿਲੀ, ਪੂਰਾ ਪੰਜਾਬ ਆਪਾਂ ਪਰਿਵਾਰ ਹੈ ਯਾਰ। ਆਪਾਂ 5-7 ਜੀ ਹਾਂ, ਕੀ ਸਾਰਿਆਂ ਦੇ ਖਿਆਲ ਮਿਲਦੇ ਹੁੰਦੇ? ਬਿਲਕੁਲ। ਅਤੇ ਉੱਥੇ ਕਿਤੇ ਆਪਾਂ ਕੋਈ ਫਿਰ ਐਡੀ ਕੋਈ ਲੜਾਈ ਮਿਥ ਲੈਂਦੇ ਹਾਂ? ਭੈਣ ਭਾਈ ਆਪਸ ਵਿੱਚ ਗਲਤ ਫਹਿਮੀਆਂ ਹੁੰਦੀਆਂ ਰਹਿੰਦੀਆਂ, ਐਂਡ ਆਫ ਦਾ ਡੇ ਫਿਰ ਬਸ ਪਿਆਰ ਦੀਆਂ ਜੱਫੀਆਂ ਪੈ ਜਾਣੀਆਂ, ਦੇਖਿਓ ਤੁਸੀਂ। ਚੋਣਾਂ ਦੀ ਗੱਲ ਕਰ ਲੈਂਦੇ ਹੁਣ, ਸਾਰੀਆਂ ਪਾਰਟੀਆਂ ਨੇ ਉਹਦੇ ਕੈਂਡੀਡੇਟ ਚੁਣਾਵ ਮੈਦਾਨ 'ਚ ਉਤਾਰਦੇ ਨੇ। ਕਾਂਗਰਸ ਦੇ ਵੀ ਮੈਡਮ ਅਮਰਜੀਤ ਕੌਰ ਸਾਹ ਹੋ ਗਏ, ਅਤੇ ਦੂਜੇ ਪਾਸੇ ਅਕਾਲੀ ਦਲ ਨੇ ਵੀ ਰਾਜਵਿੰਦਰ ਸਿੰਘ ਨੂੰ ਜਿਹੜਾ ਚੁਣਾਵ ਮੈਦਾਨ ਦੇ ਵਿੱਚ ਉਤਾਰਿਆ। ਕੈਂਡੀਡੇਟਾਂ ਵੱਲੋਂ ਤੁਹਾਡਾ ਵਿਰੋਧ ਕੋਈ ਨਹੀਂ, ਕਿਉਂਕਿ ਅਮਰਜੀਤ ਕੌਰ ਸਾਹੋਗੇ ਨਾਲ ਸਾਡੀ ਗੱਲ ਹੋਈ ਆ, ਉਹ ਕਹਿੰਦੇ
ਮੈਂ ਉਹਨਾਂ ਦੀ ਬਹੁਤ ਫੈਨ ਰਹੀ ਹਾਂ, ਉਹਨਾਂ ਦੇ ਗਾਣੇ ਮੈਨੂੰ ਬੜੇ ਵਧੀਆ ਲੱਗਦੇ ਆ, ਗੀਤ ਬਹੁਤ ਵਧੀਆ ਲੱਗਦੇ ਆ। ਅਤੇ ਕਰਮਜੀਤ ਅਨਮੋਲ ਕਹਿੰਦੇ ਨੇ ਮੇਰੇ ਵੱਡੇ ਭਰਾ ਨੇ, ਅਤੇ ਰਾਜਵਿੰਦਰ ਜੀ ਕਹਿੰਦੇ ਨੇ ਕਲਾਕਾਰ ਨੇ, ਉਹਨਾਂ ਦੀ ਆਪਦੀ ਮੌਜ, ਅਸੀਂ ਆਪਦਾ ਕੰਮ ਕਰਨਾ। ਕਿਵੇਂ ਦੇਖਦੇ ਹੋ ਕਰਮ? ਦੇਖੋ ਲੋਕੋ, ਤੁਹਾਨੂੰ ਕਿੰਨੇ ਅੱਛੇ ਮਿਲੇ ਆ ਕੈਂਡੀਡੇਟ, ਜਿਹੜੇ ਇੱਕ ਦੂਜੇ ਨੂੰ ਨਾ ਭੈੜਾ ਬੋਲਦੇ ਆ ਅਤੇ ਨਾ ਕ੍ਰਿਟੀਸਾਈਜ਼ ਕਰਦੇ ਆ। ਇਸ ਕਰਕੇ ਮੇਰੇ ਲਈ ਵੀ ਉਹ ਬੜੇ ਪਿਆਰੇ ਆ, ਜਿੰਨੇ ਵੀ ਕੈਂਡੀਡੇਟ ਆ। ਅਤੇ ਅਸੀਂ ਆਪੋ ਆਪਣਾ ਰੋਲ ਪਲੇਅ ਕਰ ਰਹੇ ਹਾਂ, ਸਾਡੀਆਂ ਪਾਰਟੀਆਂ ਅਲੱਗ ਅਲੱਗ ਆ, ਪਾਰਟੀ ਦੀ ਪੋਲਿਸੀਜ਼ ਅਲੱਗ ਅਲੱਗ ਆ। ਸਿੱਧੀ ਗੱਲ ਕਰੋ ਕਿ ਜਿਹੜਾ ਇੱਥੇ ਦਾ ਲੋਕਲ ਜਾਂ ਸਿਟਿੰਗ ਐਮ ਪੀ ਆ, ਜੇ ਉਹਨੇ ਵਧੀਆ ਕੀਤਾ ਉਹਨੂੰ ਰਿਪੀਟ ਕਰ ਲਓ, ਜਾਂ ਜਿਹੜਾ ਮੈਂ ਇੱਕ ਵੈਸੇ ਸੁਨੇਹਾ ਦੇਵਾਂਗਾ ਮੈਸੇਜ ਹੱਥ ਜੋੜ ਕੇ, ਕਿ ਜਿਹਦੀ ਸੈਂਟਰ 'ਚ ਸਰਕਾਰ ਹੋਵੇ ਉਹ ਐਮ ਪੀ ਬਣ ਜਾਏ ਨਾ, ਐਮ ਪੀ ਵੀ ਉਹ ਬਣੇ ਜਿਸ ਪਾਰਟੀ ਦੀ ਸੈਂਟਰ 'ਚ ਸਰਕਾਰ ਹੋਵੇ, ਫਿਰ ਵਿਦਾਊਟ ਐਨੀ ਡਿਲੇਅ ਤੁਹਾਡਾ ਵਿਕਾਸ ਹੋ ਜਾਏਗਾ। ਨਹੀਂ ਤਾਂ ਫਿਰ ਐਂਡ 'ਤੇ ਤੁਸੀਂ ਗਾਲਾਂ ਕੱਢਣੀਆਂ ਵੀ ਕੱਖ ਵੀ ਨਹੀਂ ਕੀਤਾ। ਅਗਰ ਕੱਖ ਕੁਛ ਕਰਨਾ ਚਾਹੁੰਦੇ ਹਾਂ ਤਾਂ ਇੱਕ ਵਾਰੀ ਮੋਦੀ ਸਾਹਿਬ 'ਤੇ ਯਕੀਨ ਕਰੋ, ਇਹ ਨਕਸ਼ਾ ਬਦਲ ਜਾਏਗਾ ਮਾਲਵੇ ਦਾ। ਮੈਨੂੰ ਪਤਾ, ਪੱਕਾ ਪਤਾ। ਮੈਨੂੰ ਉਹਨਾਂ ਨੇ ਸਮਝਾ ਕੇ ਭੇਜਿਆ ਕਿ ਮੈਂ ਸੰਗਠਨ ਮੰਤਰੀ ਰਿਹਾ 2-2.5 ਸਾਲ ਪੰਜਾਬ ਦਾ ਚੱਪਾ, ਮਾਲਵੇ ਨੂੰ ਐਂ ਸੜਕਾਂ ਉਹਨਾਂ ਨੇ ਬਣਵਾਤੀਆਂ ਬਹੁਤ ਸ਼ਾਨਦਾਰ, ਮੋਟਰਵੇ ਤੁਹਾਨੂੰ ਪਤਾ ਉਹਨਾਂ ਨੇ ਬਣਵਾਈਆਂ, ਗਡਕਰੀ ਸਾਹਿਬ 'ਤੇ ਉਹਨਾਂ ਦਾ ਆਸ਼ੀਰਵਾਦ। ਅਤੇ ਬਾਕੀ ਜਿਹੜੇ ਕੰਮ ਹੈ ਰਹਿ ਗਏ, ਮਿੱਲਾਂ ਚਲੇ ਗਈਆਂ, ਫੈਕਟਰੀਆਂ ਚਲੇ ਗਈਆਂ, ਬੱਚਿਆਂ ਦੇ ਸਕੂਲ ਹੈ, ਵਿੱਦਿਅਕ ਅਦਾਰੇ ਆ, ਨੌਨ ਕਮਰਸ਼ਲ ਅਦਾਰੇ ਵੀ ਜਿੱਥੇ ਗਰੀਬਾਂ ਦੇ ਬੱਚੇ ਵੀ ਪੜ੍ਹ ਸਕਣ, ਇਹ ਬਹੁਤ ਸਾਰੇ ਕੰਮ ਹੋਣ ਵਾਲੇ ਆ। ਉਹ ਆਪਾਂ ਵਿਦਾਊਟ ਐਨੀ ਡਿਲੇਅ ਕਰ ਲਾਂਗੇ। ਅਗਰ ਉਹ ਐਮ ਪੀ ਉਸ ਪਾਰਟੀ ਦਾ ਐਮ ਪੀ ਬਣਦਾ ਜਿਸ ਪਾਰਟੀ ਦੀ ਸਰਕਾਰ ਸੈਂਟਰ ਵਿੱਚ, ਤਾਂ ਇਹ ਬੜਾ ਫਾਇਦੇਮੰਦ ਰਹੇਗਾ। ਕਾਂਗਰਸ ਵੱਲੋਂ ਮਹਿਲਾ ਉਮੀਦਵਾਰ ਨੂੰ ਚੁਣਾਵ ਮੈਦਾਨ ਦੇ ਵਿੱਚ ਉਤਾਰਿਆ, ਕਿਵੇਂ ਦੇਖਦੇ ਹੋ ਜੀ ਉਹਨੂੰ? ਬਹੁਤ ਅੱਛਾ, ਬੇਟੀਆਂ ਧੀਆਂ ਤਾਂ ਵੈਸੇ ਹੀ ਬੜੀਆਂ ਸਤਿਕਾਰ ਦਾ ਪਾਤਰ ਹੁੰਦੀ, ਅਸੀਂ ਧੀਆਂ ਪੁੱਤਾਂ ਵਾਲੇ ਬੰਦੇ ਹਾਂ। ਉਸ ਬੇਟੀ ਨੂੰ ਮੇਰਾ ਵੀ ਪਿਆਰ ਦਿਓ ਔਰ ਗੁੱਡ ਲੱਕ ਵੀ ਕਿਹੋ ਸਾਰਿਆਂ। ਇਸ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਚਾਹੇ ਕਲਾਕਾਰ ਨੇ ਅਤੇ ਚਾਹੇ ਹੋਰ ਪਾਰਟੀ ਦੇ ਉਮੀਦਵਾਰ ਨੇ, ਕਿਸੇ 'ਤੇ ਇੱਕ ਦੂਜੇ ਕੈਂਡੀਡੇਟ 'ਤੇ ਕਿੱਚੜ ਉਛਾਲਦੇ ਕਿਤੇ ਨਹੀਂ ਮੈਂ ਦੇਖਿਆ, ਇਸ ਵਾਰ ਸਾਰੇ ਪਿਆਰ ਦੀਆਂ ਗੱਲਾਂ ਕਰਦੇ ਨੇ। ਸਿੱਖੋ ਸਾਡੇ ਤੋਂ ਬਈ ਕੁਛ, ਜਿੱਤਣਾ ਤਾਂ ਉਹਨੇ ਆ ਜਿਹਨੂੰ ਜਿੱਤ 'ਤੇ ਰੱਬ ਦੀ ਕਿਰਪਾ ਹੋਣੀ ਆ। ਜਨਤਾ ਜਿਹੜੀ ਆ ਨਾ, ਉਹ ਭਗਵਾਨ ਦਾ ਰੂਪ ਹੁੰਦੀ ਆ। ਜਦੋਂ ਰੱਬ ਮਿਹਰਬਾਨ ਹੋ ਜਾਏ, ਜਨਤਾ ਪਬਲਿਕ ਸੰਗਤ ਆਪ ਹੀ ਕਹਿ ਦਿੰਦੀ ਹੈ, ਵਿਚਾਰਾ ਚੰਗਾ ਯਾਰ, ਇਹਨੂੰ ਸਪੋਰਟ ਕਰੋ, ਇਹ 'ਤੇ ਯਕੀਨ ਕਰੋ। ਅਤੇ ਜਿਹਨੂੰ ਜਿਹਦੀ ਜ਼ਿੰਦਗੀ 'ਚ ਸ਼ਿਕਸਤ ਲਿਖੀ ਹੈ, ਹਾਰ ਲਿਖੀ ਹੈ, ਉਹਨੂੰ ਕੋਈ ਦੁਨੀਆ ਦੀ ਤਾਕਤ ਜਿਤਾ ਨਹੀਂ ਸਕਦੀ। ਫਿਰ ਨਫ਼ਰਤਾਂ ਕਾਹਲੀ, ਭੈੜਾ ਕਾਹਲੀ ਬੋਲਣਾ, ਬੁਰਾ ਕਾਹਲੀ ਬੋਲਣਾ। ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਕੱਲ੍ਹ ਮਾਨ ਸਾਹਿਬ ਵੀ ਬਾਗਾ ਪੁਰਾਣਾ ਦੇ ਵਿੱਚ ਰੈਲੀ ਕਰ ਰਹੇ ਨੇ, ਪ੍ਰਚਾਰ ਕਰ ਰਹੇ ਨੇ। ਅਗਰ ਤੁਹਾਡੀ ਗੱਲ ਕੀਤੀ ਜਾਵੇ ਹੰਸਰਾਜ ਹੰਸ ਜੀ, ਤਾਂ ਕਿਹੜੇ ਵੱਡੇ ਚਿਹਰੇ ਆ ਜਿਹੜੇ ਤੁਹਾਡੇ ਹੱਕ ਦੇ ਵਿੱਚ ਆ ਕੇ ਚੁਣਾਵ ਪ੍ਰਚਾਰ ਕਰ ਸਕਦੇ? ਸਾਡੇ ਤਾਂ ਬਹੁਤ ਵੱਡੇ ਚਿਹਰੇ ਆਉਣੇ, ਸਾਹਿਬ ਆਉਣਗੇ ਵੱਡੇ, ਮੋਦੀ ਸਾਹਿਬ, ਮਾਨਿਆ ਅਮਿਤ ਸ਼ਾਹ ਸਾਹਿਬ, ਜੋਗੀ ਜੀ, ਹੇਮਾ ਮਾਲਨੀ ਜੀ, ਸਾਡੇ ਕੋਲ ਤਾਂ ਬੀਜੇਪੀ ਕੋਲ ਤਾਂ ਗਿਣਨਾ ਮੁਸ਼ਕਿਲ ਹੋ ਜਾਂਦਾ। ਡੇਟ ਫਾਈਨਲ ਹੋਈ ਹੈ ਜੀ ਕਦੋਂ? ਹਾਂ ਡੇਟ, ਅਸੀਂ ਬੀਜੇਪੀ ਨੂੰ ਸਭ ਪਤਾ ਹੁੰਦਾ ਕਦੋਂ ਕੀ ਕਰਨਾ। ਬੜੀ ਕਮਾਲ, ਮੋਦੀ ਸਾਹਿਬ ਆਉਣਗੇ ਤੁਹਾਡੇ ਹੱਕ, ਬੜੀ ਕਮਾਲ ਪਾਰਟੀ ਹੈ। ਉਹ ਹੱਕ 'ਚ ਨਾ ਹੁੰਦੇ ਤਾਂ ਉਹਨਾਂ ਨੇ ਮਾਲਵੇ ਥੋੜ੍ਹੀ ਭੇਜਣਾ ਸੀ। ਪ੍ਰਚਾਰ ਕਰਨ ਆਉਣਗੇ ਤੁਹਾਡੇ ਲਈ? ਬਕਾਇਦਾ ਆਉਣਗੇ ਉਹਨਾਂ ਨੇ ਉਹ ਕਦੀ ਆਪਣੇ ਪਾਰਟੀ ਦੇ ਕਾਰਕੁਨ ਨੂੰ ਲਵਾਰਸ ਛੱਡਦੇ, ਉਹਨਾਂ ਨੂੰ ਬੜੀ ਕੰਸਰਨ ਰਹਿੰਦੇ ਉਹ। ਰਾਹੁਲ ਗਾਂਧੀ 'ਤੇ ਆ ਜਾਂਦੇ ਜੀ, ਰਾਹੁਲ ਗਾਂਧੀ ਜੀ ਦਾ ਬਿਆਨ ਹੈ ਕਿ ਸੰਪੱਤੀ ਨੂੰ ਲੈ ਕੇ ਕਾਰਵਾਈ ਕੀਤੀ ਜਾਏਗੀ, ਜਿਨ੍ਹਾਂ ਨੇ ਨਜਾਇਜ਼ ਸੰਪੱਤੀਆਂ ਬਣਾਈਆਂ ਉਹਨਾਂ ਨੂੰ ਕਬਜ਼ੇ 'ਚ ਲੈ ਕੇ ਅਤੇ ਗਰੀਬਾਂ ਨੂੰ ਦਿੱਤਾ ਜਾਏਗਾ। ਰਾਹੁਲ ਜੀ ਦਾ ਤਾਂ ਬਿਆਨ ਨੂੰ ਮੈਂ ਕਦੀ ਸੀਰੀਅਸਲੀ ਲਿਆ ਹੀ ਨਹੀਂ ਜੀ, ਉਹਨਾਂ 'ਤੇ ਤਾਂ ਮਹਾਰਾਜ ਕਿਰਪਾ ਕਰੇ ਬਸ। ਵੈਸੇ ਉਹਨਾਂ ਨੇ ਬਚਾਇਆ, ਉਹ ਆਪਣੇ ਹਿਸਾਬ ਦੇ ਬਿਆਨ ਵੀ ਉਹਨੂੰ ਦੇ ਦਿੰਦੇ ਆ।
ਕਿਸ ਤਰ੍ਹਾਂ ਸਮਝਦੇ ਹੋ ਵੈਸੇ ਸੰਪੱਤੀ ਵਾਲੇ ਬਿਆਨ ਨੂੰ ਲੈ ਕੇ ਕਿ ਇਸ ਤਰ੍ਹਾਂ ਹੋਣਾ ਚਾਹੀਦਾ? ਅਗਰ ਕਿਸੇ ਨੇ ਨਜਾਇਜ਼ ਸੰਪੱਤੀ ਬਣਾਈ ਹੈ, ਕਹਿਣਾ ਕਿ ਬਹੁਤ ਲੋਕਾਂ ਨੇ ਬਹੁਤ ਨਜਾਇਜ਼ ਸੰਪੱਤੀ ਜਿਹੜੀ ਬਣਾਈ ਹੈ, ਉਹ ਤਾਂ ਮੋਦੀ ਸਾਹਿਬ ਪਹਿਲਾਂ ਹੀ ਕਰੀ ਜਾ ਰਿਹਾ, ਉਹਨਾਂ ਦਾ ਏਜੰਡਾ ਨੰਬਰ 1 ਹੈ। ਕੋਈ ਨਵੀਂ ਗੱਲ ਕਰਿਆ ਕਰੋ ਨਾ ਯਾਰ, ਕਰਪਸ਼ਨ ਦੇ ਅਗੇਂਸਟ ਤਾਂ ਮੋਦੀ ਸਾਹਿਬ ਮਤਲਬ ਬਰਦਾਸ਼ਤ ਹੀ ਨਹੀਂ ਕਰਦੇ, ਚਾਹੇ ਉਹਨਾਂ ਦੇ ਕੈਬਨਿਟ ਮੰਤਰੀ ਕਿਉਂ ਨਾ ਹੋਵੇ। ਤੁਸੀਂ ਦੇਖਿਆ ਕੋਈ ਸਕੈਮ ਹੋਇਆ 10 ਸਾਲਾਂ 'ਚ? ਅੱਗੇ 2G ਘਟਾਲੇ ਫਲਾਨਾ, ਅੱਗੇ 200-400 ਕਰੋੜ ਜਾਂ 20-20 ਹਜ਼ਾਰ ਕਰੋੜ ਦੇ ਘਟਾਲੇ ਹੁੰਦੇ ਸੀ, ਉਹਨੂੰ ਲੀਡਰ ਹੀ ਨਹੀਂ ਸੀ ਮੰਨਦੇ ਜਿਹੜਾ 2000 ਕਰੋੜ ਤੋਂ ਘੱਟ ਘਟਾਲਾ ਕਰੇ। ਹੁਣ ਦੇਖੋ ਅਗਲਾ ਸਾਹ ਵੀ ਗਿਣਦਾ ਆਪਣੇ ਮਿਨਿਸਟਰਾਂ ਦੇ, ਸਾਹ ਤੱਕ ਗਿਣਦੇ ਦਿੱਲੀ ਦੇ। ਮੈਂ ਦਿੱਲੀ ਰਹਿ ਕੇ ਆਇਆ, ਇੱਕ ਪੈਸਾ ਵੀ ਕੁਛ ਲੈ ਲਵੇ ਨਾ ਕਿਸੇ ਤੋਂ, ਦੂਜੇ ਦੇ ਨਹੀਂ ਤਲਬ ਕਰ ਲੈਂਦੇ ਆ। ਤਾਂ ਉਹ ਫਿਰ ਉਹ ਤਾਂ ਪਹਿਲਾਂ ਹੀ ਉਹਨਾਂ ਦਾ ਏਜੰਡਾ ਚੱਲ ਰਿਹਾ। ਕੋਈ ਨਵੀਂ ਗੱਲ ਕਰੋ ਜੀ ਭਾਅ ਜੀ, ਰਾਹੁਲ ਜੀ ਭਾਅ ਜੀ ਜੀ। ਹੋਰ ਸਰ, ਚੁਣਾਵ ਪ੍ਰਚਾਰ ਦੇ ਵਿੱਚ ਕਿਸ ਤਰ੍ਹਾਂ ਦੀ ਤੁਹਾਡੇ ਵੱਲੋਂ ਕੰਪੇਨਿੰਗ ਕੀਤੀ ਜਾ ਰਹੀ ਹੈ? ਕਿਸ ਤਰ੍ਹਾਂ ਜਿਵੇਂ ਤੁਸੀਂ ਕਿਹਾ ਕਿ ਪਿਆਰ ਵਾਲੀ ਗੱਡੀ ਹੈ, ਛੁੱਕ ਛੁੱਕ ਚੱਲਦੀ ਹੈ, ਬੜੇ ਪਿਆਰ ਨਾਲ ਚੱਲਦੀ ਹੈ, ਅਤੇ ਵਿਰੋਧ ਤਾਂ ਚਲੋ ਕਿਸਾਨਾਂ ਦਾ ਤੁਸੀਂ ਦੱਸ ਹੀ ਦਿੱਤਾ ਕਿਵੇਂ ਹੋ ਰਿਹਾ, ਕੀ ਖਾਸ ਰਹਿ ਰਿਹਾ, ਹੋਰ ਲੋਕਾਂ ਦਾ ਪਿਆਰ ਕਿਵੇਂ ਮਿਲ ਰਿਹਾ? ਲੋਕ ਬਹੁਤ ਪਿਆਰ ਕਰਦੇ ਆ, ਸ਼ੁਕਰ ਹੈ ਮਾਲਕ ਦਾ, ਸ਼ੁਕਰ ਹੈ ਦਾਤੇ ਦਾ, ਸ਼ੁਕਰ ਹੈ ਦਾਤੇ ਦਾ। ਕਿੰਨੀਆਂ ਸੀਟਾਂ ਪੰਜਾਬ 'ਚ ਆ ਜਾਂਦੀਆਂ? ਪੰਜਾਬ 'ਚ ਐਤਕਿ ਸਰਪ੍ਰਾਈਜ਼ਿੰਗ ਬਹੁਤ ਰਿਜ਼ਲਟ ਆਉਣਗੇ, ਕਿਉਂਕਿ ਸਭ ਨੇ ਸਾਰੀਆਂ ਪਾਰਟੀਆਂ ਨੂੰ ਵੇਖ ਲਿਆ, ਉਹਨਾਂ ਨੇ ਕਿਹਾ ਯਾਰ ਗਪੌੜੀ ਹੈ ਸਾਰੇ, ਇਹ ਗੱਪਾਂ ਹੀ ਮਾਰ ਕੇ ਚਲ ਜਾਂਦੇ ਆ। ਮੋਦੀ ਸਾਹਿਬ ਦਾ ਇਹ ਹੈ ਕਿ ਸਕੀਮਾਂ ਗਿਣ ਕੇ ਦੇਖੋ, ਗਰੀਬਾਂ ਨੂੰ ਅਗਰ ਘਰ ਮਿਲੇ ਤਾਂ ਮੋਦੀ ਸਾਹਿਬ ਕਰਕੇ, 5 ਲੱਖ ਦਾ ਇਲਾਜ ਮਿਲਿਆ ਮੋਦੀ ਸਾਹਿਬ, ਸ਼ੌਚਾਲਿਆ ਮਿਲਿਆ, ਵਾਸ਼ਰੂਮ ਮਿਲਿਆ ਮੋਦੀ ਕਰਕੇ, ਗੈਸ ਚੁੱਲ੍ਹਾ ਮਿਲਿਆ ਮੋਦੀ ਕਰਕੇ, ਕਿਸਾਨਾਂ ਦੇ 2000 ਖਾਤੇ 'ਚ ਪੈਂਦਾ ਤਾਂ ਮੋਦੀ ਕਰਕੇ, ਮਜ਼ਦੂਰਾਂ ਨੂੰ ਜੋ ਜੋ ਫੈਸਿਲਿਟੀਆਂ ਬੇਘਰਾਂ 'ਚ ਮਿਲੀਆਂ 2-2 ਲੱਖ ਰੁਪਈਆ, ਮੋਦੀ ਸਾਹਿਬ ਕਰਕੇ। ਸਕੀਮਾਂ ਗਿਣੀਆਂ ਹੀ ਨਹੀਂ ਜਾਂਦੀਆਂ ਜੀ। ਕਿੰਨੀਆਂ ਸੀਟਾਂ ਦਾ ਦਾਅਵਾ ਕਰਦੇ ਹਾਂ, ਕਿੰਨੀਆਂ ਸੀਟਾਂ ਆ ਸਕਦੀਆਂ? ਦਾਅਵਾ ਨਹੀਂ, ਮੈਂ ਉਹਨਾਂ ਬੰਦਿਆਂ 'ਚੋਂ ਨੇ ਜਿਹੜੇ ਦਾਅਵੇ ਕਰਦੇ ਹੁੰਦੇ। ਮੈਂ ਇਹ ਹਾਂ ਕਿ ਮੋਦੀ ਸਾਹਿਬ 'ਤੇ ਲੋਕ ਹੁਣ ਯਕੀਨ ਕਰਨ ਲੱਗ ਪਏ, ਪਾਰਟੀਆਂ ਸਾਰੀਆਂ ਦੇਖ ਲਈਆਂ ਐਤਕੀ। ਹਾਂ ਇਹਨਾਂ ਮੈਂ ਕਹਿ ਦਿੰਦਾ ਕਿ ਬੜੇ ਬੜੇ ਸਿਆਸੀ ਪੰਡਿਤ ਫੇਲ ਹੋ ਜਾਣਗੇ, ਬਹੁਤ ਖੂਬਸੂਰਤ ਅਚੀਵਮੈਂਟਸ ਹੋਣਗੀਆਂ, ਕਾਫੀ ਨੰਬਰ ਆਉਣਗੇ ਐਤਕੀ। ਪਹਿਲੀ ਵਾਰੀ ਮਤਲਬ BJP ਪੰਜਾਬ 'ਚ ਵੀ ਰੌਸ਼ਨ ਚਿਹਰੇ ਵਾਂਗ ਕਮਲ ਦਾ ਫੁੱਲ ਖਿਲੇਗਾ, ਕਮਲ ਖਿੜ ਕੇ ਹੀ ਰਹਿ ਗਿਆ ਐਤਕੀ। ਔਰ 2027 ਤਾਂ ਤੁਹਾਨੂੰ ਪਤਾ ਹੀ ਹੈ, ਮਤਲਬ ਪੰਜਾਬ ਦੇ ਵਿੱਚ ਕਿਹਾ ਜਾਵੇ ਕਿ ਕਮਲ ਦਾ ਫੁੱਲ ਪਹਿਲੀ ਵਾਰ ਲੋਕਾਂ ਨੂੰ ਚੁਣਾਵ ਨਿਸ਼ਾਨ ਮਿਲ ਰਿਹਾ। ਹਾਂਜੀ, ਮਾਲਵੇ 'ਚ ਪਹਿਲੀ ਵਾਰੀ ਮਿਲ ਰਿਹਾ ਇੰਡੀਪੈਂਡੈਂਟ, ਅਤੇ ਮੇਰਾ ਖਿਆਲ ਉੱਥੇ ਵੀ, ਹਾਂ ਬਾਕੀ ਵੀ ਦੁਆਬੇ 'ਚ ਵੀ ਕਦੀ ਇੰਡੀਪੈਂਡੈਂਟ ਤਾਂ ਲੜੇ ਨਹੀਂ ਸੀ, ਅਲਾਇੰਸ ਹੁੰਦਾ ਸੀ, ਹੁਣ ਇੰਡੀਪੈਂਡੈਂਟ ਪਹਿਲੀ ਵਾਰੀ ਲੜਨਗੇ ਤਾਂ ਮਜ਼ਾ ਆਏਗਾ।